ਸਕਾਰ ਦਰ ਦਰਸ਼ਕਾਂ ਕਬਰਾਂ ਚ ਆਪ ਸਭ ਦਾ ਸਵਾਗਤ ਮੈਂ ਜਤਿੰਦਰ ਸਿੰਘ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਕੇਂਦਰ ਨੇ 6 ਸੂਬਿਆਂ ਵਿੱਚ ਕੋਵਿਡ ਦੇ ਵਾਧੇ ਮਾਮਲਿਆਂ ਦੇ ਮੱਦੇਨਜ਼ਰ ਮਾਹਰ ਟੀਮਾਂ ਭੇਜੀਆਂ ਇਹ ਟੀਮਾਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਨੂੰ ਰਾਹਤ ਅਤੇ ਪ੍ਰਬੰਧਨ ਵਿੱਚ ਸਹਿਯੋਗ ਦੇਣਗੀਆਂ ਭਾਰਤ ਵਿੱਚ ਬੀਤੇ ਦਿਨ 46617 ਨਵੇਂ ਕਰੋਨਾ ਮਾਮਲੇ ਦਰਜ ਪਿਛਲੇ ਦਿਨ 59384 ਕਰੋਨਾ ਮਰੀਜ਼ ਸੇਤਿਆਬ ਹੋਏ कोरोना ਤੋਂ ਠੀਕ ਹੋਣ ਦੀ ਦਰ ਵਧ ਕੇ 97.01 ਫੀਸਦ ਹੋਈ ਹੁਣ ਤੱਕ ਦੇਸ਼ ਵਿੱਚ 34 ਕਰੋੜ 76232 ਕਰੋਨਾ ਟੀਕੇ ਲਗਾਏ ਗਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਅਜੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ ਅਤੇ ਲੋਕਾਂ ਨੂੰ ਪੂਰੇ احتیاط ਵਰਤਣੇ ਚਾਹੀਦੇ ਨੇ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 60 ਫੀਸਦ ਤੋਂ ਵੱਧ ਬਿਸਤਰਿਆਂ ਵਾਲੇ ਕੋਵਿਡ ਹਸਪਤਾਲਾਂ ਵਾਲੇ ਖੇਤਰਾਂ ਦੀ ਪਛਾਣ ਕਰਕੇ ਉੱਥੇ ਉੱਚ ਪੱਧਰ ਦੀਆਂ ਪਾਬੰਦੀਆਂ ਲਗਾਉਣ ਲਈ ਆਖਿਆ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਚੱਲ ਰਹੇ ਮੁਕਾਬਲੇ ਦੌਰਾਨ ਹੁਣ ਤੱਕ ਲਸ਼ਕਰੇ ਤਾਇਬਾ ਦੇ ਜ਼ਿਲ੍ਹਾ ਕਮਾਂਡਰ ਸਮੇਤ ਪੰਜ ਅਤਵਾਦੀ ਢੇਰ ਮੁਕਾਬਲੇ ਵਿੱਚ ਇੱਕ ਜਵਾਨ ਵੀ ਸ਼ਹੀਦ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਅਤੇ ਬਿਜਲੀ ਕਟੌਤੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਰੋਸ ਵਜੋਂ ਲੋਕਾਂ ਨੂੰ ਪੱਖੀਆਂ ਵੰਡੀਆਂ ਗਈਆਂ ਮਾਨਸਾ ਜ਼ਿਲ੍ਹੇ ਵਿੱਚ ਬਹਾਦਰਪੁਰ ਬਰੇਟਾ ਵਿਖੇ ਭਲਕੇparat ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵੱਲੋਂ ਦੇ ਬਿਆਂਗਾ ਨੂੰ ਸਹਾਇਤਾ ਉਪਕਰਣ ਵੰਡਣ ਲਈ ਵਰਚੁਅਲ ਤੌਰ ਤੇ ਕੈਂਪ ਲਗਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਯੋਜਨਾ ਨਾਲ ਗਰੀਬ ਲੋਕਾਂ ਨੂੰ ਮਹਿੰਗਾ ਇਲਾਜ ਮੁਫਤ ਕਰਾਉਣ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ ਫਾਜ਼ਲ ਕਾਦਰ ਸਰਕਾਰੀ ਹਸਪਤਾਲ ਵਿੱਚ ਇਸ ਯੋਜਨਾ ਤਹਿਤ ਬਿਨਾਂ ਕਿਸੇ ਖਰਚੇ ਤੋਂ ਲੋਕਾਂ ਦੇ ਗੋਡੇ ਬਦਲੇ ਜਾ ਰਹੇ ਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਨੇ 6 ਸੂਬਿਆਂ ਵਿੱਚ ਕੋਵਿਡ ਦੇ ਵਾਧੇ ਵਾਲੇ ਮਾਮਲਿਆਂ ਦੇ ਬੰਦੇ ਨਜ਼ਰ ਮਾਹਰ ਟੀਮਾਂ ਭੇਜੀਆਂ ਨੇ ਇਨ੍ਹਾਂ ਸੂਬਿਆਂ ਵਿੱਚ ਕੇਰਲ ਅਰੁਣਾਚਲ ਪ੍ਰਦੇਸ਼ ਤ੍ਰਿਪੁਰਾ ਉੜੀਸ਼ਾ ਛਤੀਸਗੜ ਅਤੇ ਮਣੀਪੁਰ ਸ਼ਾਮਲ ਨੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਟੀਮਾਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਨੂੰ ਰਾਹਤ ਅਤੇ ਪ੍ਰਬੰਧਨ ਵਿੱਚ ਸਹਿਯੋਗ ਦੇਣਗੀਆਂ ਕੇਂਦਰੀ ਟੀਮਾਂ ਸਥਿਤੀ ਦਾ ਜਾਇਜ਼ਾ ਲੈਣਗੀਆਂ ਅਤੇ ਜਨ ਸਿਹਤ ਗਤੀਵਿਧੀਆਂ ਲਈ ਸੂਬਾ ਸਰਕਾਰਾਂ ਨੂੰ ਸੁਝਾ ਦੇਣਗੀਆਂ ਦੋ ਮੈਂਬਰਾਂ ਵਾਲੀ ਉੱਚ ਪੱਧਰੀ ਟੀਮ ਵਿੱਚ ਇੱਕ ਡਾਕਟਰ ਅਤੇ ਇੱਕ ਹੋਰ ਸਿਹਤ ਮਾਹਰ ਸ਼ਾਮਲ ਹੈ ਟੀਮਾਂ ਤੁਰੰਤ ਸੂਬਿਆਂ ਦਾ ਦੌਰਾ ਕਰਨਗੀਆਂ ਅਤੇ ਕੋਵਿਡ ਕਾਸਟੌਰ ਤੇ ਟੈਸਟਿੰਗ ਨਰੀਖਣ ਅਤੇ ਨਿਯੰਤਰਣ ਦੇ ਕੰਮਾਂ ਤੋਂ ਇਲਾਵਾ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ ਐਮਬੂਲੈਂਸ ਵੈਂਟੀਲੇਟਰ ਅਤੇ ਮੈਡੀਕਲ ਆਕਸੀਜਨ ਸਮੇਤ ਸਥਿਤੀ ਦੀ ਨਿਗਰਾਨੀ ਕਰਨਗੀਆਂ ਇਸ ਤੋਂ ਇਲਾਵਾ ਟੀਮਾਂ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਦੀ ਕਾਰਵਾਈ ਵਿੱਚ ਵੀ ਸੁਧਾਰ ਵੀ ਕੀਤੇ ਜਾਣਗੇ ਕੇਂਦਰ ਸਰਕਾਰ ਪੂਰਨ ਸਰਕਾਰ ਅਤੇ ਸੰਪੂਰਨ ਸਮਾਜ ਦੀ ਸੋਚ ਨਾਲ ਮਹਾਮਾਰੀ ਵਿਰੁੱਧ ਲੜ ਰਹੀ ਹੈ ਮੰਤਰਾਲਾ ਨੇ ਦੱਸਿਆ ਹੈ ਕਿ ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਕੰਮ ਵਿੱਚ ਸਹਿਯੋਗ ਲਈ ਕੇਂਦਰ ਸਰਕਾਰ ਸਮੇਂ-ਸਮੇਂ ਤੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰੀ ਟੀਮਾਂ ਭੇਜਦੀ ਰਹੀ ਹੈ ਇਹ ਟੀਮਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੁੱਦਿਆਂ ਤੇ ਵਿਚਾਰ ਕਰਦੀਆਂ ਨੇ ਭਾਰਤ ਵਿੱਚ ਬੀਤੇ ਦਿਨ 46617 ਨਵੇਂ ਕਰੋਨਾ ਮਾਮਲੇ ਦਰਜ ਹੋਏ ਜਿਸ ਨਾਲ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ 3 ਕਰੋੜ 4 ਲੱਖ 58251 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 2 ਕਰੋੜ 95 ਲੱਖ 48302 ਲੋਕ ਕਰੋਨਾ ਤੋਂ ਠੀਕ ਹੋ ਚੁੱਕੇ ਨੇ। ਬੀਤੇ ਦਿਨ 59384 ਕਰੋਨਾ ਮਰੀਜ਼ ਸਿਹਤਯਾਬ ਹੋ ਕੇ ਕ림 ਪਰਤੇ। ਭਾਰਤ ਵਿੱਚ ਕਰੋਨਾ ਤੋਂ ਠੀਕ ਹੋਣ ਦੀ ਦਰ ਵਧ ਕੇ 97.01% ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਭਾਰਤ ਵਿੱਚ 853 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਜਿਸ ਮਗਰੋਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 4 ਲੱਖ ਤੋਂ ਪਾਰ ਹੋ ਗਈ ਹੈ। ਭਾਰਤ ਵਿੱਚ ਐਕਟਿਵ ਕੋਰੋਨਾ ਮਾਮਲਿਆਂ ਦੀ ਸੰਖਿਆ ਵਿੱਚ ਕਮੀ ਦਾ ਰੁਝਾਨ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ਦੇਸ਼ ਵਿੱਚ 59637 ਐਕਟਿਵ ਕੋਰੋਨਾ ਮਾਮਲੇ ਨੇ ਜੋ ਮਾਮਲਿਆਂ ਦਾ 1.67% ਬਣਦਾ ਹੈ। कोरोना ਤੋਂ ਬਚਾ ਲਈ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਜਾਰੀ ਹੈ ਬੀਤੇ 24 ਘੰਟਿਆਂ ਦੌਰਾਨ 42,64,123 ਲਾਹਤਰੀਆਂ ਨੂੰ ਟੀਕੇ ਲਗਾਏ ਗਏ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਭਾਰਤ ਵਿੱਚ 34 ਕਰੋੜ 76,232 ਕੋਰੋਨਾ ਟੀਕੇ ਲਗਾਏ ਜਾ ਚੁੱਕੇ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਅਜੇ ਦੇਸ਼ ਵਿੱਚ ਕਰੋਨਾ ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ ਅਤੇ ਲੋਕਾਂ ਨੂੰ ਪੂਰੇ احتیاط ਵਰਤਣੇ ਚਾਹੀਦੇ ਨੇ ਅੱਜ ਨਵੀਂ ਦਿੱਲੀ ਵਿੱਚ ਮੰਤਰਾਲਾ ਦੇ ਅਧਿਕਾਰੀਆਂ ਨੇ ਪ੍ਰੈਸ ਬਰੀਫਿੰਗ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਸਿਹਤ ਮੰਤਰਾਲਾ ਵਿੱਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸੂਬਿਆਂ ਨੂੰ 60% ਤੋਂ ਵੱਧ ਭਰੇ ਵਿਸਤਰਿਆਂ ਵਾਲੇ ਕੋਵਿਡ ਹਸਪਤਾਲਾਂ ਦੀ ਪਛਾਣ ਕਰਕੇ ਉੱਥੇ ਉੱਚ ਪੱਧਰ ਦੀਆਂ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਨੇ ਉਨਾ ਦੱਸਿਆ ਕਿ ਦੇਸ਼ ਵਿੱਚ ਜ਼ਿਆਦਾ ਗਿਣਤੀ ਵਾਲੇ ਕਰੋਨਾ ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ ਕੋਵਿਡ ਟੀਕਾਕਰਨ ਦੀ ਗੱਲ ਕਰਦੇ ਹਾਂ ਲਾਵਾ ਅਗਰਵਾਲ ਨੇ ਦੱਸਿਆ ਕਿ ਇਸ ਸਮੇਂ ਦੇਸ਼ ਭਰ ਵਿੱਚ ਪਬਲਿਕ ਸੈਕਟਰ ਹੇਠ 2554 ਜਦਕਿ ਪ੍ਰਾਈਵੇਟ ਸੈਕਟਰ ਹੇਠ 18696 ਟੀਕਾਕਰਨ ਕੇਂਦਰ ਚੱਲ ਰਹੇ ਨੇ ਉਹਨਾਂ ਇਹ ਵੀ ਦੱਸਿਆ ਕਿ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ 16 ਜਨਵਰੀ ਤੋਂ ਹੋਈ ਸ਼ੁਰੂਆਤ ਤੋਂ ਬਾਅਦ ਹੁਣ ਤੱਕ 10 ਲੱਖ ਟੀਕਾਕਰਨ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ इस समय देश में रोजाना औसतन पंजा लाख कोरोना टीके लगाए जा रहे हैं वहाँ पर कि जो केसेस अधिक संख्या में रिपोर्ट हो रहे थे उसमें कमी नोट की गई है साथ ही एक मुख्य अंश डेली एक्टिव केसेस उसमें आप देखें जहाँ 10 मई के समय पे देश में करीब 37 लाख से अधिक केसेस एक्टिव केसेस की दृष्टि में आते थे वह अब घटते घटते पाँच लाख नौ हजार केसेज रह गए हैं यानी कि पी के समय में देश में जितने एक्टिव केसेस थे उसमें 86 प्रतिशत कमी पाई गई है एक वैक्सीनेशन कार्यक्रम चला रहे हैं तो यहाँ जो हम बताते हैं कि 40 लाख ,00 की फिगर ऑन एन एवरेज हम देश में कवर कर रहे हैं तो उसके पीछे का प्रयत्न समझना भी उतना ही जरूरी है जैसे कि हम आपको बताना चाहेंगे कि अगर हमारे देश में दो लाख उन्नीस हजार कोविड वैक्सीनेशन सेंटर्स अगर आइडेंटिफाई हुए हैं तो उन सेंटर्स को आइडेंटिफाई करना उन सेंटर्स को आइडेंटिफाई करने के बाद उन सेंटर्स में जितने भी पांच लोग टीम मेंबर हैं उनको ट्रेन करना वैक्सीनेशन कैसे किया जाए तो उसके तहत करीब 10 लाख वैक्सीनेटर्स को 16 जनवरी के समय से ट्रेन कर कर उनका उपयोग किया जा रहा है साथ ही जब वैक्सीनेशन सेंटर्स हम आइडेंटिफाई कर लेते हैं उनको ओरिएंट कर लेते हैं फिर डिस्ट्रिक्ट एडमिनिस्ट्रेशन के द्वारा या कोविड वैक्सीनेशन सेंटर का जो मैनेजर्स होते हैं प्राइवेट सेक्टर के ਉਨਕੇ ਦੁਆਰਾ ਵੈਕਸੀਨੇਸ਼ਨ ਕੋਵਿਨ ਪਲੇਟਫਾਰਮ ਪਰ ਉਨਕੋ ਡਿਟੇਲ ਕਰਕੇ ਪਬਲਿਸ਼ ਕੀਤਾ ਜਾਂਦਾ ਹੈ ਇਸੇ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਦੱਸਿਆ ਕਿ ਹੁਣ ਗਰਭਵਤੀ ਮਹਿਲਾਵਾਂ ਵੀ ਟੀਕਾ ਕਰਨ ਲਈ ਯੋਗ ਹੋਣਗੀਆਂ ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ ਵੀ ਕੇ ਪਾਲ ਨੇ ਦੱਸਿਆ ਕਿ ਸਰਕਾਰ ਨੇ ਟੀਕਾ ਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਗਰੁੱਪ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰਦੇ ਹਾਂ ਗਰਭਵਤੀ ਔਰਤਾਂ ਨੂੰ ਟੀਕਾ ਕਰਨ ਲਈ ਯੋਗ ਐਲਾਨਿਆ ਹੈ ਅਤੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜ ਦਿੱਤੇ ਗਏ ਨੇ ਸੂਚਨਾ ਦੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ 6 ਟੈਕਨੋਲੋਜੀ ਇਨੋਵੇਸ਼ਨ ਪਲੈਟਫਾਰਮ ਲਾਂਚ ਕੀਤੇ ਅਤੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪਲੈਟਫਾਰਮ 2000 ਕਰੋੜ ਰੁਪਏ ਦੇ ਸ਼ੁਰੂਆਤੀ ਫੰਡ ਨਾਲ ਕੈਪੀਟਲ ਗੁੱਡਜ਼ ਸਕੀਮ ਅਧੀਨ ਵਿਕਸਿਤ ਕੀਤੇ ਗਏ ਨੇ ਜਾਵੜੇਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਵਿਜ਼ਨ ਹੈ ਕਿ ਖੋਜ ਤੇ ਵਿਕਾਸ ਕੰਮਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਇਹ ਪਲੈਟਫਾਰਮ ਲਾਂਚ ਕਰਨ ਦਾ ਸਾਡਾ ਮਕਸਦ ਬ੍ਰੇਨ ਗੇਨ ਹੈ ਨਾ ਕਿ ਬ੍ਰੇਨ ਡ੍ਰੇਨ ਜਾਵੜੇ ਕਰਨੇ ਕਿਹਾ ਕਿ ਅਸੀਂ ਇਨੋਵੇਸ਼ਨ ਦੇ ਮਾਲਕ ਬਣਨਾ ਚਾਹੁੰਦੇ ਹਾਂ ਨਾ ਕਿ ਇਸ ਵਿੱਚ ਯੋਗਦਾਨ ਪਾਉਣ ਵਾਲੇ ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜਨ ਅਤੇ ਹੋਰ ਕੰਮਾਂ ਲਈ ਹਾਈ ਐਂਡ ਟੈਕਨੋਲੋਜੀ ਬਹੁਤ ਜ਼ਿਆਦਾ ਲੋੜੀਂਦੀ ਹੈ this ਇਨੀਸ਼ੀਏਟਿਵ ਟੈਕਨੋਲੋਜੀ ਪਲੈਟਫਾਰਮਸ will bring all indian stakeholders together bring in right investment also partnered by government but essentially it's a stakeholders platform and then with multiple effect we can move ahead on research and development and bring out the solutions to the vexed problem ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਚੱਲ ਰਹੇ ਮੁਕਾਬਲੇ ਦੌਰਾਨ ਹੁਣ ਤੱਕ 5 ਅਤਵਾਦੀ ਮਾਰੇ ਗਏ ਨੇ ਇਸ ਮੁਕਾਬਲੇ ਵਿੱਚ ਇੱਕ ਜਵਾਨ ਵੀ ਸ਼ਹੀਦ ਹੋਇਆ ਏ ਕਸ਼ਮੀਰ ਰੇਂਜ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅਤਵਾਦੀਆਂ ਵਿੱਚ ਲਸ਼ਕਰ ਇਤਾਬਾਦਾ ਜ਼ਿਲ੍ਹਾ ਕਮਾਂਡਰ ਨਿਸ਼ਾਜ਼ ਲੋਨ ਅਤੇ ਇੱਕ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਏ ਆਈਜੀਪੀ ਵਿਜੇ ਕੁਮਾਰ ਨੇ ਇਸ ਨੂੰ ਸੁਰੱਖਿਆ ਬਲਾਂ ਦੀ ਇੱਕ ਵੱਡੀ ਕਾਮਯਾਬੀ ਕਰਾਰ ਦਿੱਤਾ ਉਹਨਾਂ ਦੱਸਿਆ ਕਿ ਅਤਵਾਦੀਆਂ ਦੀ ਮੌਜੂਦਗੀ ਬਾਰੇ ਸੂਚ ਮਿਲਣ ਤੇ ਸੁਰੱਖਿਆ ਬਲਾਂ ਨੇ ਹਾਂਜਿਨ ਰਾਜਪੂਰਾ ਪਿੰਡ ਵਿੱਚ ਇਲਾਕੇ ਦੀ ਕੇਰਾਬੰਦੀ ਕਰਕੇ ਬੀਤੀ ਰਾਤ ਤਲਾਸ਼ੀ ਅਭਿਆਨ ਸ਼ ਬਚ ਕੇ ਨਿਕਲਣ ਦੇ ਸਾਰੇ ਰਸਤੇ ਸੀਲ ਕਰਨ ਮਗਰੋਂ ਜਦ ਸੁਰੱਖਿਆ ਬਲ ਇੱਕ ਟਿਕਾਣੇ ਵੱਲ ਵਧ ਰਹੇ ਸਨ ਤਾਂ ਲੁਕੇ ਹੋਏ ਅਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਦੋ ਜਵਾਨ ਜ਼ਖਮੀ ਹੋ ਗਏ। ਇਹਨਾਂ ਵਿੱਚੋਂ ਇੱਕ ਜਵਾਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਜਿਸ ਦੀ ਪਛਾਣ 44 ਰਾਸ਼ਟਰੀ ਰਾਈਫਲਸ ਦੇ ਹੌਲਦਾਰ ਕਾਸ਼ੀ ਰਾਓ ਵਜੋਂ ਹੋਈਏ। ਮੁਕਾਬਲੇ ਦੌਰਾਨ ਦੋਵੇਂ ਪਾਸਿਓਂ ਹੋਈ ਫਾਇਰਿੰਗ ਵਿੱਚ ਸੁਰੱਖਿਆ ਬਲਾਂ ਨੇ ਲਸ਼ਕਰੇ ਤਾਇਬਾ ਦੇ ਪੰਜ ਅਤਵਾਦੀਆਂ ਨੂੰ ਠੇਰ ਕਰ ਦਿੱਤਾ। ਨੇੜਲੇ ਇਲਾਕੇ ਵਿੱਚ ਕਾਨੂੰਨ ਤੇ ਪ੍ਰਬੰਧ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਵਾਧੂ ਫੋਰਸ ਭੇਜੀ ਗਈ। ਸਰਕਾਰੀ ਸੂਤਰਾਂ ਅਨੁਸਾਰ 2021 ਵਿੱਚ ਪਹਿਲੇ 6 ਮਹੀਨਿਆਂ ਦੌਰਾਨ ਸੁਰੱਖਿਆ ਬਲਾਂ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਹੁਣ ਤੱਕ 61 ਅੱਤਵਾਦੀ ਮਾਰੇ ਗਏ ਨੇ ਜਿਨ੍ਹਾਂ ਵਿੱਚ ਚੋਟੀ ਦੇ ਕਮਾਂਡਰ ਵੀ ਸ਼ਾਮਲ ਸਨ ਪੰਜਾਬ ਇਸ ਸਮੇਂ ਬਿਜਲੀ ਦੀ ਕਿੱਲਤ ਨਾਲ ਜੂਝ ਰਿਹਾ ਏ ਲੰਬੇ-ਲੰਬੇ ਬਿਜਲੀ ਦੇ ਕਟ ਕਾਰਨ ਜਿੱਥੇ ਲੋਕੀ ਪਰੇਸ਼ਾਨ ਨੇ ਉੱਥੇ ਸਿਆਸਤ ਵੀ ਪੂਰੀ ਤਰ੍ਹਾਂ ਸਰਗਰਮ ਏ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਅੱਜ ਪੰਜਾਬ ਪਰ ਵਿੱਚ ਸਾਂਝੇ ਤੌਰ ਤੇ ਨਵੇਕਲੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤੇ ਗਏ ਇਹਨਾਂ ਪਾਰਟੀਆਂ ਵੱਲੋਂ ਬਿਜਲੀ ਦੀ ਕਿੱਲਤ ਨੂੰ ਦਰਸਾਉਂਦੀਆਂ ਸੰਕੇਤਕ ਤੌਰ ਤੇ ਪੱਖੀਆਂ ਦਾ ਲੰਗਰ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿੱਚ ਪੱਖੀਆਂ ਵੰਡੀਆਂ ਉਧਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਰੋਪੜ ਦੇ ਬੇਲਾ ਚੌਂਕ ਵਿੱਚ ਬਸਪਾ ਨਾਲ ਰਲ ਕੇ ਪੰਜਾਬ ਸਰਕਾਰ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਤੇ ਲੋਕਾਂ ਨੂੰ ਪੱਖੀਆਂ ਵੰਡੀਆਂ ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਾਮਪਾਲ ਵੀ ਮੌਜੂਦ ਸਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਵਾਧੂ ਬਿਜਲੀ ਸੀ ਪਰ ਅੱਜ ਲੋਕ ਬਿਜਲੀ ਨੂੰ ਤਰਸ ਰਹੇ ਨੇ ਉਹਨਾਂ ਇਲਜ਼ਾਮ ਲਗਾਇਆ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ ਅਤੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜੇਨਾ ਸਵੇਰ ਪਾਵਰ ਦੇ ਵਿੱਚ ਸਰਪ੍ਰਸ ਛੱਡ ਕੇ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰ ਸੁਭੀਸ਼ ਦੇ ਘਰਾਂ ਦਾ ਵਿੱਚ ਪੱਖੀ ਜਿਹੜੀ ਹੈ ਜਿਹੜੇ ਸਵੇਰ ਵਿੱਚ ਇਨਵਰਟਰ ਵਿਕਣੋ ਬੰਦ ਹੋ ਗਏ ਸੀ ਜਨਰੇਟਰ ਵਿਕਣੋ ਬੰਦ ਹੋ ਗਏ ਸੀ ਅੱਜ ਉਸ ਸਵੇਰ ਦੇ ਵਿੱਚ ਇਹ ਹਾਲਤਾ ਹੈ ਕਿ ਨਾ ਟਿਊਬਲਾਂ ਵਾਸਤੇ ਬਿਜਲੀ ਆ ਕਿਸਾਨਾਂ ਵਾਸਤੇ ਨਾ ਘਰਾਂ ਵਾਸਤੇ ਬਿਜਲੀ ਆ ਨਾ ਇੰਡਸਟਰੀ ਵਾਸਤੇ ਬਿਜਲੀ ਆ ਨਾ ਦੁਕਾਨਦਾਰਾਂ ਵਾਸਤੇ 24 ਘੰਟੇ ਆ ਲੋਕੀ ਬੱਚਿਆਂ ਨੂੰ ਲੈ ਕੇ ਧੱਫੇ ਤੇਰੇ ਆ ਸੜਕਾਂ ਤੇ ਤੇ ਸਰਕਾਰ ਆਪਣੇ ਸ਼ਾਹੀ ਖਾਣੇ ਦੇ ਕੇ ਆਪਣੇ ਐਮਲੀਆ ਨੂੰ ਖੁਸ਼ ਕਰ ਲਈ ਹੈ ਕਿ 6 ਮਹੀਨੇ ਰਲ ਕੇ ਲੁੱਟ ਲਓ ਹਾਲੇ ਮੇਰੀ ਕੁਰਸੀ ਬਚੀ ਰਵੇ ਤੇ ਤੁਸੀਂ ਵੀ ਨਾਲ ਮजे ਲੈਂਦੇ ਰਹੋ ਪਰ ਲੋਕਾਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਇਸ ਕਾਰਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਭਲਕੇ ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ ਬਹਾਦਰਪੁਰ ਬਰੇਟਾ ਵਿਖੇ ਦਿਵਿਆਂਗਾਂ ਲਈ ਮੁਫਤ ਸਹਾਇਤਾ ਉਪਕਰਣ ਵੰਡਣ ਦੇ ਮਕਸਦ ਨਾਲ ਸਮਾਜਿਕ ਅਧਿਕਾਰਤਾ ਕੈਂਪ ਲਗਾਇਆ ਜਾਵੇਗਾ ਇਸ ਕੈਂਪ ਦੌਰਾਨ ਪਾਰਾ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ 크੍ਰਿਸ਼ਨਪਾਲ ਗੁਰਜਰ ਮੁੱਖ ਮਹਿਮਾਨ ਵਜੋਂ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਣਗੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਮਡਲਾੜਾ ਤੋਂ ਵਿਧਾਨਕਾਰ ਬੁਧਰਾਮ ਵੀ ਇਸ ਸਮਾਗਮ ਵਿੱਚ ਨਿੱਜੀ ਤੌਰ ਤੇ ਹਿੱਸਾ ਲੈਣਗੇ ਮੰਤਰਾਲਾ ਅਨੁਸਾਰ ਇਸ ਕੈਂਪ ਦੌਰਾਨ ਦਿਵਿਆਂਗਾ ਨੂੰ ਟ੍ਰਾਈਸਾਈਕਲ, 휠ਚੇਅਰ, ਵੈਸਾਕੀਆਂ, ਚੱਲਣ ਵਾਲੀਆਂ ਛੜੀਆਂ, ਰੋਲਰਸ, ਸਮਾਰਟ ਕੇਨ, ਸਮਾਰਟਫੋਨ, ਸੁਣਨ ਵਾਲੀਆਂ ਮਸ਼ੀਨਾਂ, ਸੀਪੀ ਚੇਅਰ MSID ਕਿਟ ਨਕਲੀ ਅੰਗ ਅਤੇ ਕੈਲੀਪਰਸ ਆਦਤ ਦਿੱਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਯੋਜਨਾ ਨਾਲ ਹੁਣ ਗਰੀਬ ਲੋਕਾਂ ਨੂੰ ਮਹਿੰਗਾ ਇਲਾਜ ਮੁਫਤ ਕਰਾਉਣ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ। ਇਸ ਯੋਜਨਾ ਤਹਿਤ ਫਾਜ਼ਲਕਾ ਦੇ ਵਸਨੀਕਾਂ ਨੇ ਵੱਡਾ ਲਾਭ ਲਿਆ। ਫਾਜ਼ਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਸ ਯੋਜਨਾ ਤਹਿਤ ਬਿਨਾਂ ਕਿਸੇ ਖਰਚੇ ਤੋਂ ਲੋਕਾਂ ਦੇ ਗੋਡੇ ਬਦਲੇ ਜਾ ਰਹੇ ਨੇ। ਅਸਟਾਲ ਦੇ ਮਾਹਰ ਡਾਕਟਰ ਨਿਸ਼ਾੰਤ ਸੇਤੀਆਰੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੋਈ 11 ਲੋਕਾਂ ਦੇ ਗੋਡੇ ਬਦਲੇ ਗਏ ਨੇ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਅੱਛੀ ਤਕਨੀਕ ਵਾਲੇ ਗੋਡੇ ਲਗਾਏ ਜਾ ਰਹੇ ਨੇ ਮੈਂ ਸੋ ਪਹਿਲੇ ਆਪਣੀ ਸਾਰੀ ਪੜ੍ਹਾਈ ਤੇ ਫੈਲੋਸ਼ਿਪ ਵੀ ਕੀਤੀ ਆ ਜੁਆਇੰਟ ਰਿਪਲੇਸਮੈਂਟ ਸਰਜਰੀ ਚ ਹੁਣ ਮੈਂ ਇੱਥੇ ਹਰ ਤਰ੍ਹਾਂ ਦੇ ਫ੍ਰੈਕਚਰ ਟ੍ਰੀਟਮੈਂਟ ਜਾਂ ਓਪੀਡੀ ਰੈਗੂਲਰ ਓਪੀਡੀ ਤੇ ਨਾਲੇ ਨੀ ਰਿਪਲੇਸਮੈਂਟ ਸਰਵਿਸਿਜ਼ ਵੀ ਮੈਂ ਹਸਪੀਟਲ ਚ ਦੇ ਰਿਹਾ ਤੇ ਕੋਸ਼ਿਸ਼ ਕਰ ਰਹੇ ਆ ਕਿ ਆਪਣੇ ਏਰੀਆ ਦੇ ਲੋਕਾਂ ਨੂੰ ਬਾਹਰ ਜਿਹੜਾ ਕੱਲੇ ਜਾਣਾ ਪੈਂਦਾ ਸੀ ਨੀਰ ਰਿਪਲੇਸਮੈਂਟ ਵਸਤੇ ਉਹਨਾਂ ਨੂੰ ਅਸੀਂ ਆਯੂਸ਼ਮਨ ਭਾਰਤ ਸਕੀਮ ਦੇ ਅੰਡਰ ਕੰਪਲੀਟਲੀ ਫ੍ਰੀ ਆਫ ਕੋਸਟ ਨੀਰ ਰਿਪਲੇਸਮੈਂਟ ਇੱਥੇ ਕਰ ਰਹੇ ਆ ਜ਼ੀਰੋ ਜ਼ੀਰੋ ਕੋਸਟ ਤੇ ਅਸੀਂ ਨੀਰ ਰਿਪਲੇਸਮੈਂਟ ਸਰਜਰੀ ਇੱਥੇ ਕਰ ਰਹੇ ਆ ਜਿਹੜੇ ਪੇਸ਼ੈਂਟ ਦਾ ਵੀ ਆਯੂਸ਼ਮਨ ਭਾਰਤ ਦਾ ਕਾਰਡ ਬਣਿਆ ਹੋਇਆ ਉਹਨਾਂ ਦਾ 1 ਰੁਪਏ ਦਾ ਵੀ ਕੋਈ ਖਰਚਾ ਨਹੀਂ ਹੁੰਦਾ ਤੇ ਪੇਸ਼ੈਂਟ ਵਾਜ਼ਲ ਕਦੇ ਸਰਕਾਰੀ ਹਸਪਤਾਲ ਵਿੱਚ ਸਜਰਾਣਾ ਪਿੰਡ ਦੇ ਰਾਮ ਪ੍ਰਤਾਪ ਨਾਮੀ ਲਾਪਾਤਰੀ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਗੋਡਾ ਬਦਲਵਾਇਆ ਸੀ ਜੋ ਬਿਲਕੁਲ ਸਹੀ ਚੱਲ ਰਿਹਾ ਏ ਤੇ ਹੁਣ ਉਹਨਾਂ ਨੇ ਦੂਜੇ ਗੋਡੇ ਦਾ ਵੀ ਆਪਰੇਸ਼ਨ ਕਰਵਾਇਆ ਏ ਅਤੇ ਇਸ ਵਾਸਤੇ ਉਹਨਾਂ ਨੂੰ ਕੋਈ ਰਕਮ ਨਹੀਂ ਦੇਣੀ ਪਈ। ਆਵਧੀ ਚੱਲ ਰਿਹਾ ਜੀ ਤੇ ਡਾਕਟਰ ਸਾਹਿਬ ਨੇ ਕਿਹਾ ਸਾਰਿਆਂ ਨੂੰ ਬਹੁਤ ਕੀਤੀ ਹੈ। ਕੋਈ ਪੈਸਾ ਨਹੀਂ ਲੱਗਾ ਸਾਡਾ ਉਸਮਾਨ ਬਾਪਤੇ ਛੱਡ ਬਣਿਆ। ਦੂਸਰਾ ਵੀ ਉਸਮਾਨ ਬਾਪਤੇ ਬਣਿਆ ਕੋਈ ਬਿਨਾ ਪੈਸੇ। ਠੀਕ ਜੀ ਤੇ ਸਾਡੀ ਕੇਅਰ ਬਹੁਤ ਕਰ ਰਹੇ ਨੇ। ਇਹ 2 ਮਹੀਨੇ ਹੋ ਗਏ। ਸਹੀ ਚਾਰੇ ਅਪ੍ਰੈਲ ਸ਼ੀਨ ਹੋਇਆ ਸੀ ਨਹੀਂ ਕੋਈ ਖਰਚਾ ਨਹੀਂ ਸਕਦਾ ਕਿਸੇ ਵੀ ਤਰ੍ਹਾਂ ਦਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ ARNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਅਤੇ ਇਹ ਬੁਲੇਟਿਨ ARNU ਜਲੰਧਰ ਦੇ ਟਵਿੱਟਰ ਹੈਂਡਲ ਅਤੇ Facebook ਪੇਜ ਤੇ ਵੀ ਉਪਲਬਧ ਨੇ ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ